ਬਤਾ ਪੁੱਛਾਂ ਦੇ ਮੇਲੇ ਦੇ ਬਾਰੇ ਨਾਲ ਕੀ ਹਾਲ ਚਾਲ ਹੈ ਸਾਈਂ ਗੁਰੂ ਸਾਹਿਬ ਤੁਹਾਡਾ ਠੀਕ ਹੋ ਠੀਕ ਹੈ ਬਿਲਕੁਲ ਠੀਕ ਠਾਕ ਆ ਮੌਲਾ ਪੰਜ ਤਨ ਪਾਕ ਸਭ ਦਾ ਬਲਾ ਸਭ ਦੀ ਖੈਰ ਮੌਲਾ ਸਭ ਦੇ ਕਰਮ ਅੱਛਾ ਤੁਸੀਂ ਅੱਜ ਆਏ ਇੱਥੇ ਮੇਲੇ ਤੇ ਪੰਜਾਬੀ ਮੇਲੇ ਤੇ ਆਇਆ ਤਾਂ ਕਿ ਇੱਥੇ ਅਸੀਂ ਪਰਫਾਰਮੈਂਸ ਵੀ ਹੋਏ ਦੇਖੀਏ ਤੁਹਾਡਾ ਕਲਾਮ ਵੀ ਅਸੀਂ ਸੁਣਿਆ ਤੇ ਤੁਸੀਂ ਇੱਥੇ ਆ ਕੇ ਕਿਸ ਤਰ੍ਹਾਂ ਮੇਲੇ ਨੂੰ ਜਿਹੜੇ ਚਾਰ ਚੰਗ ਆਏ ਨੇ ਕੀ ਕਹਿਣਾ ਚਾਹੋਗੇ ਬੇਟਾ ਮੈਂ ਤਾਂ ਇਹ ਦੁਆ ਕਰਨਾ ਕਿ ਅੱਲਾ ਸਭ ਨੂੰ ਤਸਫੀਕਾਂ ਦੇਵੇ ਤੇ ਇਸ ਤਰੀਕੇ ਮੇਲੇ ਲੱਗੇ ਤੇ ਤੁਸੀਂ ਜਿਹੜਾ ਇੱਥੇ ਮੇਲਾ ਮੇਲੇ ਦੀਆਂ ਰੌਣਕਾਂ ਨੇ ਹਰ ਸਾਲ ਮੇਲਾ ਲੱਗਦਾ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਫੈਨ ਨੇ ਜਿਹੜੇ ਤੁਹਾਨੂੰ ਵੇਖਦੇ ਤੇ ਨੇ ਤੁਹਾਡੇ ਚਾਹਣ ਵਾਲੇ ਬੇਟਾ ਮੈਂ ਸਭ ਨੂੰ ਸਲਾਮ ਕਰਨਾ ਚਾਹਣ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਵੀ ਮੌਲਾ ਇਹਨਾਂ ਨੂੰ ਤੌਫੀਕ ਦੇਵੇ ਮੌਲਾ ਇਹਨਾਂ ਨੇ ਨੇਕ ਜਜ਼ਾ ਦੇਵੇ ਅੱਲਾ ਬੁਰੇ ਤੋਂ ਬਚਾਵਣੇ ਮਾਂ ਬਾਪ ਦੇ ਕਦਮਾਂ ਦੇ ਝੁਕਣ ਦੀ ਤੌਫੀਕ ਅਤਾ ਕਰਨੇ ਤੇ ਮਾਂ ਬਾਪ ਨੂੰ ਜੁਕਣ ਦੀ ਤਫੀਕ ਅਤਾ ਕਰਨੇ ਤੇ ਅੱਲਾ ਨੇਕ ਬਣਾਉਣ ਦੀ ਉਹਨਾਂ ਨੂੰ ਅੱਛਾ ਦੋ ਲੈਣਾ ਜਾਂਗੇ ਜਾਂਗੇ ਆਖਰੀ ਸੁਣਾ ਦਿਓ ਆਪਣੇ ਕਲਿਆਣ ਦੀ ਉਹਨੇ ਕਲਿਆਣ ਦੀ ਦੋ ਲੈਣਾ ਉਹ ਬੇਟਾ ਮੈਂ ਪਾਕਿਸਤਾਨੀ ਆ ਮੇਰਾ ਜੀਵੇ ਪਾਕਿਸਤਾਨ ਹੋ ਜੀਵੇ ਪਾਕਿਸਤਾਨ ਪਾਕਿਸਤਾਨ ਦਾ ਨਾਮ ਸਦਾ ਦੇ ਰਾਜ਼ੀ ਸ਼ੇਰ ਜਵਾਨ ਜਵਾਨ ਦੇ ਪਾਕਿਸਤਾਨ ਦਾ ਨਾਮ ਵਧਾਵੇ ਰਾਜ਼ੀ ਸ਼ੇਰ ਜਵਾਨ ਜਵਾਨ ਦੇ ਦੀਨ ਦੀ ਖਾਤਰ ਜਾਨਾ ਦਿੰਦੇ ਸੋਹਣੇ ਸ਼ੇਰ ਜਵਾਨ ਮੇਰਾ ਜੀਵੇ ਪਾਕਿਸਤਾਨ ਵਾਹ ਜੀ ਵਾਹ ਵਾਹ ਜੀ ਵਾਹ ਸ਼ੁਕਰੀਆ ਜੀ ਸ਼ੁਕਰੀਆ